ਚਲੋ ਅੱਜ ਦਾ ਲੈਸਨ ਆਪਾਂ ਸ਼ੁਰੂ ਕਰਦੇ ਹਾਂ। ਫਿਰ ਆਪਾਂ ਕਰ ਰਹੇ ਸੀਗੇ ਇੰਟੀਗ੍ਰੇਸ਼ਨ ਆਫ ਗਲੋਬਲ ਪੀਸ ਇਨ ਕਰੀਕੁਲਮ, ਠੀਕ ਹੈ, ਕਿ ਕਿਸ ਤਰ੍ਹਾਂ ਅਸੀਂ ਗਲੋਬਲ ਪੀਸ ਜਾਂ ਫਿਰ ਜਿਹੜਾ ਇਨਵਾਇਰਮੈਂਟਲ ਇਸ਼ੂਜ ਹੈ ਉਹਨਾਂ ਨੂੰ ਅਸੀਂ ਆਪਣੇ ਕਰੀਕੁਲਮ ਦੇ ਵਿੱਚ ਇੰਕਲੂਡ ਜਾਂ ਇੰਟੀਗ੍ਰੇਟ ਕਰ ਸਕਦੇ ਹਾਂ। ਬੱਚੇ ਆਵਾਜ਼ ਆ ਰਹੀ ਹੈ ਦੇਖੋ ਸਾਰੇ ਜਣੇ, ਹਾਂਜੀ ਸਰ ਆ ਰਹੀ ਹੈ, ਸਕਰੀਨ ਦਿਖ ਰਹੀ ਹੈ? ਹਾਂਜੀ ਸਰ। ਤਾਂ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਆਪਾਂ ਨੇ ਕਰਿਆ ਸੀਗਾ, ਕੱਲ ਥੋੜੇ ਜਿਹੇ ਪੁਆਇੰਟ ਡਿਸਕਸ ਕਰ ਲਏ ਸੀਗੇ, ਇੰਟੀਗ੍ਰੇਟਡ ਸਸਟੇਨੇਬਲ ਡਿਵੈਲਪਮੈਂਟ ਐਂਡ ਪੀਸ ਕਲਚਰ ਅਲੋਂਗ ਵਿਦ ਸੋਸ਼ਲ ਐਂਡ ਇਕਨੋਮਿਕ ਡਿਵੈਲਪਮੈਂਟ ਇਨ ਕਰੀਕੁਲਮ। ਇਹ ਕੀ ਕਹਿੰਦਾ ਹੈ ਕਿ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਹੈ ਉਸਨੂੰ ਆਪਾਂ ਨੇ ਇੰਟੀਗ੍ਰੇਟ ਕਰਨਾ ਹੈ ਵਿਦ ਸੋਸ਼ਲ ਐਂਡ ਇਕਨੋਮਿਕ ਡਿਵੈਲਪਮੈਂਟ। ਜਿਹੜੇ ਹੋਰ ਜਿਹੜੇ ਟੋਪਿਕਸ ਨੇ ਜਾਂ ਸਬਜੈਕਟਸ ਹੈ ਅਸੀਂ ਉਹਨਾਂ ਦੇ ਨਾਲ ਆਪਣੇ ਸਸਟੇਨੇਬਲ ਡਿਵੈਲਪਮੈਂਟ ਨੂੰ ਔਰ ਪੀਸ ਕਲਚਰ ਨੂੰ ਆਪਾਂ ਨੇ ਇਨਕਲੂਡ ਕਰ ਦੇਣਾ ਹੈ, ਠੀਕ ਹੈ। ਪਹਿਲੀ ਗੱਲ ਇਹ ਕਰਦਾ ਹੈ। ਦੂਜੀ ਗੱਲ ਇਹ ਕਹਿੰਦਾ ਹੈ ਡਿਜ਼ਾਈਨ ਦ ਟੈਕਸਟ ਬੁੱਕਸ ਐਂਡ ਇੰਸਟਰਕਸ਼ਨਲ ਮਟੀਰੀਅਲ ਇਨ ਸੱਚ ਅ ਵੇ ਦੈਟ ਦੀ ਸਪਰੈਡ ਮੈਸੇਜ ਆਫ ਹਿਊਮਨ ਰਾਈਟਸ, ਇਕੁਆਲਿਟੀ ਐਂਡ ਇਨਵਾਇਰਮੈਂਟਲ ਪ੍ਰੋਟੈਕਸ਼ਨ, ਕਿ ਜਿਹੜੀਆਂ ਸਾਡੀਆਂ ਟੈਕਸਟ ਬੁੱਕਸ ਨੇ ਉਹ ਇਸ ਹਿਸਾਬ ਦੇ ਨਾਲ ਜਾਂ ਕੋਈ ਇੰਸਟਰਕਸ਼ਨਲ ਮਟੀਰੀਅਲ ਜਿਹੜਾ ਹੈ ਉਹ ਇਸ ਹਿਸਾਬ ਦੇ ਨਾਲ ਹੋਣਾ ਚਾਹੀਦਾ ਹੈ ਕਿ ਉਹ ਇਹ ਮੈਸੇਜ ਸਪਰੈਡ ਕਰਨ ਰਿਲੇਟਡ ਟੂ ਹਿਊਮਨ ਰਾਈਟਸ, ਕਿਉਂਕਿ ਗਲੋਬਲ ਪੀਸ ਦੇ ਨਾਲ ਰਿਲੇਟਡ ਹੈ, ਇਕੁਆਲਿਟੀ ਦਾ ਜਿਹੜਾ ਮੈਸੇਜ ਆ ਉਹ ਸਪਰੈਡ ਕਰਨਾ ਚਾਹੀਦਾ ਉਸਨੂੰ, ਅਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ। ਇਹ ਇਨਵਾਇਰਮੈਂਟਲ ਕੰਸਰਨ ਜਾਂ ਇਸ਼ੂ ਹੋ ਗਿਆ ਜਾਂ ਐਜੂਕੇਸ਼ਨ ਹੋ ਗਈ ਜੋ ਕਿ ਸਾਡੀਆਂ ਟੈਕਸਟ ਬੁੱਕਸ ਦੇ ਵਿੱਚ ਜਾਂ ਕੋਈ ਵੀ ਜਿਹੜਾ ਇੰਸਟਰਕਸ਼ਨਲ ਮਟੀਰੀਅਲ ਹੈ ਉਸਦੇ ਵਿੱਚ ਇਹ ਝਲਕਣਾ ਚਾਹੀਦਾ ਹੈ, ਜਾਂ ਜਿਹੜਾ ਟੈਕਸਟ ਬੁੱਕਸ ਨੇ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਹੈ ਬੱਚਿਆਂ ਨੂੰ ਇਸ ਤਰ੍ਹਾਂ ਸਿਖਾਉਣ। ਨੈਕਸਟ ਹੈ ਦ ਕਰੀਕੁਲਮ ਐਂਡ ਟੈਕਸਟ ਬੁੱਕਸ ਆਫ ਸਬਜੈਕਟਸ ਲਾਈਕ ਸੋਸ਼ਲ ਸਟੱਡੀਜ਼, ਲੈਂਗੁਏਜਿਸ, EBS ਐਟਸੈਟਰਾ ਕੈਨ ਇਨਕਲੂਡ ਦ ਟੋਪਿਕਸ ਰਿਲੇਟਡ ਟੂ ਵਰਲਡ ਪੀਸ ਐਂਡ ਇਨਵਾਇਰਮੈਂਟਲ ਕੰਸਰਨ। ਉਹਨੇ ਕਹਿ ਰਿਹਾ ਹੈ ਕਿ ਜਿਹੜੇ ਹੋਰ ਆਪਣੇ ਇਹ ਸਬਜੈਕਟਸ ਨੇ ਉਹਨਾਂ ਦੇ ਵਿੱਚ ਆਪਾਂ ਕੁਝ ਟੋਪਿਕਸ ਐਡ ਕਰ ਸਕਦੇ ਹਾਂ ਰਿਲੇਟਡ ਟੂ ਵਰਲਡ ਪੀਸ ਐਂਡ ਇਨਵਾਇਰਮੈਂਟਲ ਐਜੂਕੇਸ਼ਨ, ਠੀਕ ਹੈ। ਜਿਹੜਾ ਪਹਿਲਾ ਪੁਆਇੰਟ ਕਰਿਆ ਸੀ ਆਪਾਂ ਨੇ ਉਸਦੇ ਵਿੱਚ ਇਹ ਕਿਹਾ ਸੀਗਾ ਕਿ ਸੋਸ਼ਲ ਔਰ ਇਕਨੋਮਿਕ ਡਿਵੈਲਪਮੈਂਟ ਦੇ ਨਾਲ ਨਾਲ ਆਪਾਂ ਇੱਕ ਹੋਰ ਸਬਜੈਕਟ ਕੋਈ ਐਡ ਕਰ ਸਕਦੇ ਹਾਂ, ਔਰ ਥਰਡ ਪੁਆਇੰਟ ਦੇ ਵਿੱਚ ਆਪਾਂ ਨੇ ਗੱਲ ਕਰੀ ਹੈ ਕਿ ਸਬਜੈਕਟ ਉਹੀ ਨੇ, ਪੁਰਾਣੇ ਵਾਲੇ ਜਿਹੜੇ ਚੱਲਦੇ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਨਵਾਂ ਸਬਜੈਕਟ ਵੀ ਐਡ ਕਰਨਾ ਹੈ, ਲੇਕਿਨ ਉਸਦੇ ਨਾਲ ਨਾਲ ਜਿਹੜੇ ਆਪਣੇ ਪੁਰਾਣੇ ਟ੍ਰੈਡੀਸ਼ਨਲ ਸਬਜੈਕਟ ਆਪਣੇ ਚੱਲਦੇ ਆ ਰਹੇ ਆ, ਸੋਸ਼ਲ ਸਟੱਡੀ ਹੈ, ਲੈਂਗੁਏਜ ਹੈ, EBS ਹੈ, ਇਸ ਤਰ੍ਹਾਂ ਦੇ ਸਬਜੈਕਟਾਂ ਦੇ ਵਿੱਚ ਆਪਾਂ ਨੇ ਕੋਈ ਨਾ ਕੋਈ ਟੋਪਿਕ ਕੋਈ ਨਾ ਕੋਈ ਹਿੱਸਾ ਜਿਹੜਾ ਪਾਰਟ ਹੈ ਉਹ ਆਪਾਂ ਨੇ ਪੀਸ ਦੇ ਨਾਲ ਰਿਲੇਟਡ ਜਾਂ ਇਨਵਾਇਰਮੈਂਟਲ ਐਜੂਕੇਸ਼ਨ ਜਾਂ ਕੰਸਰਨ ਜਾਂ ਇਸ਼ੂਜ ਦੇ ਨਾਲ ਰਿਲੇਟਡ ਆਪਾਂ ਨੇ ਕੋਈ ਟੋਪਿਕ ਉਸਦੇ ਵਿੱਚ ਇਨਕਲੂਡ ਕਰਨਾ ਹੈ ਉਹਨਾਂ ਸਬਜੈਕਟਸ ਦੇ ਵਿੱਚ। ਬੱਚੇ ਸਮਝ ਆ ਰਿਹਾ ਹੈ? ਹਾਂਜੀ। ਨੈਕਸਟ ਆਪਾਂ ਕਰਾਂਗੇ ਨੈਕਸਟ ਪੁਆਇੰਟ। ਹਾਂ ਗੁੱਡ ਗੁੱਡ ਬੱਚੇ, ਨੈਕਸਟ ਪੁਆਇੰਟ ਆਪਾਂ ਕਰਾਂਗੇ ਇਨਕਰੇਜ ਸਟੂਡੈਂਟਸ ਟੂ ਪਾਰਟਿਸਿਪੇਟ ਇਨ ਕਰੀਕੁਲਰ ਐਂਡ ਕੋਕਰੀਕੁਲਰ ਐਕਟੀਵਿਟੀਜ਼ ਰਿਲੇਟਡ ਟੂ ਪੀਸ ਐਂਡ ਇਨਵਾਇਰਮੈਂਟਲ ਐਜੂਕੇਸ਼ਨ। ਬੱਚਿਆਂ ਨੂੰ ਆਪਾਂ ਨੇ ਵੱਧ ਤੋਂ ਵੱਧ ਇਨਕਰੇਜ ਕਰਨਾ ਹੈ ਕਿ ਉਹ ਕਰੀਕੁਲਰ ਜਾਂ ਕੋਕਰੀਕੁਲਰ ਐਕਟੀਵਿਟੀਜ਼ ਦੇ ਵਿੱਚ ਵੱਧ ਤੋਂ ਵੱਧ ਪਾਰਟੀਸਿਪੇਟ ਕਰਨ। ਜਿੰਨਾ ਜ਼ਿਆਦਾ ਬੱਚੇ ਪਾਰਟੀਸਿਪੇਟ ਕਰਨਗੇ ਉਨਾ ਜ਼ਿਆਦਾ ਜਿਹੜੇ ਬੱਚੇ ਹੈ ਉਹ ਇਹਨਾਂ ਇਸ਼ੂਜ ਦੇ ਨਾਲ ਰਿਲੇਟਡ, ਚਾਹੇ ਗਲੋਬਲ ਪੀਸ ਨਾਲ ਰਿਲੇਟਡ ਹੈ ਕੋਈ ਇਸ਼ੂ ਜਾਂ ਫਿਰ ਇਨਵਾਇਰਮੈਂਟਲ ਐਜੂਕੇਸ਼ਨ ਜਾਂ ਇਨਵਾਇਰਮੈਂਟਲ ਕੋਈ ਕੰਸਰਨ ਹੈ ਇਸ਼ੂ ਹੈ ਉਸਦੇ ਨਾਲ ਰਿਲੇਟਡ ਜਿਹੜੇ ਬੱਚੇ ਹੈ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸੈਂਸਟਾਈਜ਼ ਹੋ ਪਾਣਗੇ ਜਾਂ ਉਸ ਚੀਜ਼ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਮਝਣਗੇ।
ਜਦੋਂ ਬੱਚੇ ਵੱਧ ਤੋਂ ਵੱਧ ਪਾਰਟਿਸਿਪੇਟ ਕਰਨਗੇ ਕੋ ਕਰਿਕੂਲਰ ਐਂਡ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ। ਨੈਕਸਟ ਪੁਆਇੰਟ ਹੈ ਟੀਚਰਸ ਟ੍ਰੇਨਿੰਗ ਪ੍ਰੋਗਰਾਮ ਨੀਡਸ ਰਿਵੀਜ਼ਨ। ਟੀਚਰ ਟ੍ਰੇਨਿੰਗ ਦਾ ਜਿਹੜਾ ਪ੍ਰੋਗਰਾਮ ਹੈ, ਕਿਉਂਕਿ ਦੇਖੋ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਟੀਚਰਸ ਨੇ ਬੱਚਿਆਂ ਨੂੰ ਪੜ੍ਹਾਉਣਾ ਹੈ, ਔਰ ਅਗਰ ਆਪਾਂ ਜਿਹੜੇ ਟੀਚਰਸ ਨੇ ਪੜ੍ਹਾਉਣਾ ਹੈ ਅੱਗੇ ਜਾ ਕੇ, ਅਗਰ ਆਪਾਂ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਹੀ ਆਪਾਂ ਇਹ ਦੋ ਚੀਜ਼ਾਂ ਨੂੰ ਲੈ ਆਈਏ, ਗਲੋਬਲ ਪੀਸ ਨੂੰ ਲੈ ਆਈਏ ਜਾਂ ਇਨਵਾਇਰਮੈਂਟਲ ਐਜੂਕੇਸ਼ਨ ਆਪਾਂ ਉਹਨਾਂ ਨੂੰ ਪੜ੍ਹਾਈਏ, ਤਾਂ ਫਿਰ ਡੈਫੀਨੇਟਲੀ ਉਹ ਜਦੋਂ ਉਹਨਾਂ ਨੇ ਆਪ ਪੜ੍ਹਿਆ ਹੋਊਗਾ ਉਹ ਸਬਜੈਕਟ, ਜਾਂ ਉਹ ਆਪ ਉਹਨਾਂ ਕੰਸਰਨਸ ਦੇ ਨਾਲ, ਇਸ਼ੂਜ਼ ਦੇ ਨਾਲ ਜਾਣਕਾਰੀ ਉਹਨਾਂ ਨੂੰ ਹੋਏਗੀ ਜਾਂ ਰਿਲੇਟਡ ਹੋਣਗੇ, ਤਾਂ ਫਿਰ ਅੱਗੇ ਜਾ ਕੇ ਜਿਹਨਾਂ ਜਦੋਂ ਉਹਨਾਂ ਨੇ ਟੀਚਰ ਲੱਗ ਜਾਣਾ ਹੈ ਤਾਂ ਉਹ ਵੱਧ ਬੱਚਿਆਂ ਨੂੰ ਉਹ ਜਿਹੜਾ ਸਬਜੈਕਟ ਹੈ ਉਹ ਉੱਥੇ ਪੜ੍ਹਾਇਆ ਜਾ ਸਕਦਾ ਹੈ, ਜਾਂ ਉਹ ਜਿਹੜੇ ਕੰਸਰਨਸ ਹੈ, ਇਸ਼ੂਜ਼ ਹੈ, ਉਹਨਾਂ ਨੂੰ ਬੱਚਿਆਂ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਉਹ ਸਮਝਾ ਪਾਣਗੇ ਜਦੋਂ ਉਹਨਾਂ ਨੇ ਬੀਐਡ ਦੀ ਆਪਣੀ ਟ੍ਰੇਨਿੰਗ ਦੇ ਵਿੱਚ ਉਹ ਸਾਰੇ ਚੀਜ਼ਾਂ ਨੂੰ ਸਿੱਖਿਆ ਹੋਏਗਾ। ਨੈਕਸਟ ਹੈ ਥਰੂ ਕਰੀਕੁਲਮ ਪ੍ਰਮੋਟ ਰਿਸਪੈਕਟ ਫਾਰ ਹਿਊਮਨ ਰਾਈਟਸ। ਕਰੀਕੁਲਮ ਦੇ ਥਰੂ ਆਪਾਂ ਨੇ ਹਿਊਮਨ ਰਾਈਟਸ ਨੂੰ ਪ੍ਰਮੋਟ ਕਰਨਾ ਹੈ। ਹਿਊਮਨ ਰਾਈਟਸ ਦਾ ਮਤਲਬ ਜਿਹੜਾ ਹੈ ਉਹ ਗਲੋਬਲ ਪੀਸ ਦੇ ਨਾਲ ਰਿਲੇਟਡ ਹੈ, ਔਰ ਜਦੋਂ ਦੇਖੋ ਜਦੋਂ ਆਪਾਂ ਸਾਰਿਆਂ ਦੇ ਰਾਈਟਸ ਦੇ ਬਾਰੇ ਜਾਗਰੂਕ ਹੋਵਾਂਗੇ, ਆਪਾਂ ਉਹਨਾਂ ਦੀ ਰਿਸਪੈਕਟ ਕਰਾਂਗੇ, ਤਾਂ ਫਿਰ ਕਨਫਲਿਕਟ ਹੋਣ ਦਾ ਜਿਹੜਾ ਚਾਂਸਿਸ ਨੇ ਉਹ ਬਹੁਤ ਘੱਟ ਜਾਂਦੇ ਨੇ। ਨੈਕਸਟ ਹੈ ਪ੍ਰਮੋਟ ਟੋਲਰੈਂਸ ਐਂਡ ਯੂਨਿਟੀ। ਦੇਖੋ ਇਹ ਬਹੁਤ ਇੰਪੋਰਟੈਂਟ ਹੈ ਗਲੋਬਲ ਪੀਸ ਦੇ ਲਈ ਕਿ ਆਪਾਂ ਨੇ ਟੋਲਰੇਟ ਕਰਨਾ ਹੈ ਦੂਸਰੇ ਦੇ ਕਲਚਰ ਨੂੰ, ਦੂਸਰੇ ਦੇ ਆਈਡੀਆਜ਼ ਨੂੰ, ਦੂਸਰੇ ਦੇ ਬਿਲੀਫਸ ਨੂੰ, ਜੋ ਵੀ ਵਿਅਕਤੀ ਜਿਹੜਾ ਸਾਹਮਣੇ ਵਾਲਾ ਹੈ ਆਪਾਂ ਨੇ ਉਹਨੂੰ ਟੋਲਰੇਟ ਕਰਨਾ ਹੈ, ਜੋ ਵੀ ਉਸਦੇ ਆਈਡੀਆਜ਼ ਹੈ, ਜੋ ਵੀ ਉਸਦਾ ਕਲਚਰ ਹੈ, ਠੀਕ ਹੈ ਸਾਰਿਆਂ ਨੇ। ਐਂਡ ਯੂਨਿਟੀ, ਐਂਡ ਯੂਨਿਟੀ ਦਾ ਮਤਲਬ ਕਿ ਸਾਰਿਆਂ ਨੇ ਡਿਫਰੈਂਟ ਕਲਚਰਸ ਦੇ ਲੋਕਾਂ ਨੇ, ਡਿਫਰੈਂਟ ਆਈਡੀਆਜ਼ ਜਿਹੜੇ ਹੈ ਲੋਕਾਂ ਦਾ, ਡਿਫਰੈਂਟ ਟੈਂਪਰਾਮੈਂਟ ਹੈ ਲੋਕਾਂ ਦਾ, ਉਹਨਾਂ ਸਾਰਿਆਂ ਦੇ ਨਾਲ ਆਪਾਂ ਨੇ ਮਿਲ ਕੇ ਰਹਿਣਾ ਹੈ, ਯੂਨਿਟੀ ਦੇ ਵਿੱਚ ਰਹਿਣਾ ਹੈ। ਆਪਣੇ ਤਾਂ ਇੰਡੀਆ ਦੀ ਖਾਸੀਅਤ ਹੀ ਇਹੀ ਹੈ, ਯੂਨਿਟੀ ਇਨ ਡਾਇਵਰਸਿਟੀ। ਆਪਾਂ ਸਾਰੇ ਜਣੇ ਅਲੱਗ ਅਲੱਗ ਤਰ੍ਹਾਂ ਦੇ, ਅਲੱਗ ਅਲੱਗ ਕਲਚਰ ਦੇ ਜਿਹੜੇ ਲੋਕ ਹੈ, ਸਾਰੇ ਜਣੇ ਮਿਲ ਕੇ ਰਹਿੰਦੇ। ਨੈਕਸਟ ਹੈ ਸਪੋਰਟ। ਬੱਚੇ ਦੇਖੋ ਸਮਝ ਆ ਰਿਹਾ ਨਾ ਸਾਰਿਆਂ ਨੂੰ? ਹਾਂਜੀ ਸਰ। ਹਾਂਜੀ ਸਰ। ਸਪੀਡ ਜ਼ਿਆਦਾ ਤਾਂ ਨਹੀਂ ਹੋ ਗਈ? ਆਪਾਂ ਨੇ ਕੱਲ ਕਰ ਲਏ ਸੀਗੇ ਪੁਆਇੰਟ, ਇਸ ਕਰਕੇ ਮੈਂ ਥੋੜਾ ਜਿਹਾ ਠੀਕ ਚੱਲਦਾ ਸੀ। ਨੈਕਸਟ ਨੈਕਸਟ ਹੈ ਸਪੋਰਟ ਫਰੀਡਮ ਆਫ ਕਮਿਊਨੀਕੇਸ਼ਨ। ਫਰੀਡਮ ਆਫ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ, ਅਸੀਂ ਆਪਣੀ ਜਿਹੜੇ ਵਿਚਾਰ ਹੈ ਉਹਨਾਂ ਨੂੰ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕੋਈ ਵੀ ਵਿਅਕਤੀ ਆਪਣੀ ਜਿਹੜੀ ਗੱਲ ਹੈ ਉਹ ਦੂਸਰੇ ਨੂੰ ਕਹਿ ਸਕਦਾ, ਸਪੈਸ਼ਲੀ ਇਨ ਇਨਫੋਰਮੇਸ਼ਨ ਐਂਡ ਨੌਲੇਜ ਸ਼ੇਅਰਿੰਗ। ਜਿਹੜੀ ਇਨਫੋਰਮੇਸ਼ਨ ਔਰ ਨੌਲੇਜ ਸ਼ੇਅਰਿੰਗ ਦੇ ਫੀਲਡ ਦੇ ਵਿੱਚ ਸਾਰਿਆਂ ਨੂੰ ਆਪਣੀ ਕਮਿਊਨੀਕੇਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਤਾਂ ਕਿ ਆਪਣੀ ਗੱਲ ਆਪਾਂ ਦੂਸਰੇ ਵਿਅਕਤੀ ਤੱਕ ਬੜੇ ਆਰਾਮ ਨਾਲ ਪਹੁੰਚਾਈ ਜਾ ਸਕੇ, ਔਰ ਉਸਨੂੰ ਆਪਾਂ ਨੇ ਸਪੋਰਟ ਵੀ ਕਰਨਾ ਹੈ। ਕਿ ਜਿੰਨੀ ਜ਼ਿਆਦਾ ਫਰੀਡਮ ਹੋਏਗੀ, ਜਿੰਨਾ ਜ਼ਿਆਦਾ ਆਪਾਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਾਂਗੇ, ਜਿੰਨਾ ਜ਼ਿਆਦਾ ਆਪਾਂ ਇੱਕ ਦੂਸਰੇ ਨਾਲ ਡਿਸਕਸ ਕਰਾਂਗੇ, ਉਨਾ ਜ਼ਿਆਦਾ ਵਧੀਆ ਜਿਹੜੇ ਹੈਗੇ ਨੇ ਉਹ ਇਹਨਾਂ ਇਸ਼ੂਜ਼ 'ਤੇ ਗੱਲਬਾਤ ਹੋ ਸਕਦੀ। ਨੈਕਸਟ ਹੈ ਪ੍ਰਮੋਟ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਇਨ ਕਰੀਕੁਲਮ। ਕਰੀਕੁਲਮ ਦੇ ਵਿੱਚ ਆਪਾਂ ਨੇ ਇੰਟਰਨੈਸ਼ਨਲ ਪੀਸ ਨੂੰ ਇੰਕਲੂਡ ਕਰਨਾ ਹੈ, ਔਰ ਉਸਨੂੰ ਮਤਲਬ ਪ੍ਰਮੋਟ ਕਰਨਾ ਹੈ, ਵੱਧ ਤੋਂ ਵੱਧ ਆਪਾਂ ਨੇ ਉਸ ਚੀਜ਼ 'ਤੇ ਧਿਆਨ ਦੇਣਾ ਹੈ। ਨੋਰਮਲੀ ਕਿਆ ਹੁੰਦਾ ਹੈ, ਬੱਚਿਆਂ ਨੂੰ ਜਿਹੜੇ ਹੈਗੇ ਨੇ ਉਹ ਵਾਰ ਦੇ ਬਾਰੇ ਘੱਟ ਹੀ ਪੜ੍ਹਾਇਆ ਜਾਂਦਾ ਹੈ, ਜਾਂ ਕਰੰਟ ਜਿਹੜੇ ਇਸ਼ੂਜ਼ ਆ ਉਹਨਾਂ ਦੇ ਬਾਰੇ ਘੱਟ ਘੱਟ ਪੜ੍ਹਾਇਆ ਜਾਂਦਾ ਹੈ, ਤਾਂ ਆਪਾਂ ਨੇ ਉਹ ਸਾਰੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਪ੍ਰਮੋਟ ਕਰਨਾ ਹੈ, ਤਾਂ ਕਿ ਬੱਚਾ ਜਿਹੜਾ ਹੈਗਾ ਉਹਨਾਂ ਸਾਰੇ ਇਸ਼ੂਜ਼ ਦੇ ਨਾਲ ਰਿਲੇਟਡ ਚੀਜ਼ਾਂ ਨੂੰ ਅੱਛੀ ਤਰ੍ਹਾਂ ਜਾਣ ਸਕੇ ਇੰਟਰਨੈਸ਼ਨਲ ਪੀਸ ਦੇ ਬਾਰੇ। ਨੈਕਸਟ ਹੈ ਪਲੈਨ ਐਕਸਚੇਂਜ ਪ੍ਰੋਗਰਾਮ ਵਿਦ ਅਦਰ ਕਲਚਰ। ਇਹ ਜਿਹੜਾ ਇਹਦੇ ਨਾਲ ਉੱਪਰ ਰਿਲੇਟਡ ਹੈ, ਜਿਹੜਾ ਆਪਾਂ ਨੇ ਕਰਿਆ ਸੀ ਪ੍ਰਮੋਟ ਟੋਲਰੈਂਸ ਐਂਡ ਯੂਨਿਟੀ ਦੇ ਨਾਲ ਰਿਲੇਟਡ ਹੈ, ਕਿ ਪਲੈਨ ਐਕਸਚੇਂਜ ਪ੍ਰੋਗਰਾਮ। ਐਕਸਚੇਂਜ ਪ੍ਰੋਗਰਾਮ ਕਿਹਦੇ ਨਾਲ ਕਰਨੇ ਹੈ? ਵਿਦ ਅਦਰ ਕਲਚਰਸ
ਪੀਪਲ ਰਿਲੀਜਨ ਔਰ ਅਗਰ ਕੋਈ ਵਿਅਕਤੀ ਕਿਸੇ ਚੀਜ਼ ਨੂੰ ਕਿਸੇ ਅਲੱਗ ਤਰੀਕੇ ਨਾਲ ਕਰਦਾ ਵੇਜ਼ ਆਫ ਡੂਇੰਗ ਥਿੰਗਸ ਐਟਸੈਟਰਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਅਲੱਗ ਅਲੱਗ ਤਰੀਕੇ ਦੇ ਨਾਲ ਸਾਰਿਆਂ ਨੂੰ ਕਰਨਾ ਹੈ ਚਾਹੇ ਉਹ ਕਲਚਰ ਦੇ ਲੋਕ ਅਲੱਗ ਅਲੱਗ ਨੇ ਪੀਪਲ ਜਿਹੜੇ ਹੈ ਉਹਨਾਂ ਦਾ ਨੇਚਰ ਅਲੱਗ ਅਲੱਗ ਹੈ ਰਿਲੀਜਨ ਅਲੱਗ ਅਲੱਗ ਹੈ ਠੀਕ ਹੈ ਉਹ ਸਾਰੇ ਦੇ ਨਾਲ ਆਪਾਂ ਐਕਸਚੇਂਜ ਪ੍ਰੋਗਰਾਮ ਕਰ ਸਕਦੇ ਹਾਂ ਤਾਂ ਕਿ ਆਪਾਂ ਉਹਨਾਂ ਨੂੰ ਵੀ ਜਾਣੀਏ ਉਹਨਾਂ ਦੇ ਬਾਰੇ ਜਦੋਂ ਆਪਾਂ ਜ਼ਿਆਦਾ ਅੰਡਰਸਟੈਂਡਿੰਗ ਸਾਨੂੰ ਸਾਰਿਆਂ ਦੇ ਬਾਰੇ ਹੋਏਗੀ ਤਾਂ ਫਿਰ ਜਿਹੜਾ ਕਨਫਲਿਕਟ ਹੋਣ ਦਾ ਜਿਹੜੇ ਚਾਂਸਿਸ ਆ ਉਹ ਘੱਟ ਜਾਂਦੇ ਨੈਕਸਟ ਹੈ ਕਰੀਕੁਲਮ ਸ਼ੁੱਡ ਇਨਕਲੂਡ ਸਮ ਰੈਲੇਵੈਂਟ ਨਿਊ ਨੌਲੇਜ ਕਰੀਕੁਲਮ ਦੇ ਵਿੱਚ ਜਦੋਂ ਆਪਾਂ ਨੇ ਇੰਟੀਗ੍ਰੇਟ ਕਰਨਾ ਹੈ ਇਸ ਇਸ਼ੂਜ਼ ਨੂੰ ਇਹਨਾਂ ਸਬਜੈਕਟਸ ਨੂੰ ਤਾਂ ਫਿਰ ਉਹਦੇ ਵਿੱਚ ਕੁਛ ਨਾ ਕੁਛ ਨਵੀਂ ਨੌਲੇਜ ਨੂੰ ਜ਼ਰੂਰ ਪਾਉਣਾ ਹੈ ਅਪਡੇਟ ਜ਼ਰੂਰ ਕਰਨਾ ਹੈ ਜਿੰਨਾ ਜ਼ਿਆਦਾ ਵਧੀਆ ਆਪਾਂ ਕਰੰਟ ਨੌਲੇਜ ਪਾਵਾਂਗੇ ਬੱਚੇ ਉਨੇ ਜ਼ਿਆਦਾ ਵਧੀਆ ਉਸ ਚੀਜ਼ ਦੇ ਬਾਰੇ ਜਾਂ ਉਸ ਇਸ਼ੂਜ਼ ਦੇ ਬਾਰੇ ਅੱਛੀ ਤਰ੍ਹਾਂ ਸਮਝਣਗੇ ਅਗਰ ਆਪਾਂ ਬੱਚਿਆਂ ਨੂੰ ਉਹ ਪੁਰਾਣੀਆਂ ਗੱਲਾਂ ਸਿਖਾਈ ਜਾਵਾਂਗੇ ਔਰ ਨਵੇਂ ਕਰੰਟ ਇਸ਼ੂਜ਼ ਦੇ ਬਾਰੇ ਜਾਣਕਾਰੀ ਨਹੀਂ ਦੇਵਾਂਗੇ ਤਾਂ ਜਿਹੜੇ ਇਸ਼ੂਜ਼ ਆ ਉਨੇ ਵਧੀਆ ਇੰਟੀਗ੍ਰੇਟ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੋ ਪਾਉਣਗੇ ਨੈਕਸਟ ਐਡ ਕੋਕਰਿਕੁਲਰ ਐਕਟੀਵਿਟੀਜ਼ ਟੂ ਦਾ ਕਰੀਕੁਲਮ ਲਾਈਕ ਡਿਬੇਟ ਸਕਿਟਸ ਪੋਸਟਰ ਮੇਕਿੰਗ ਪੋਇਮ ਕਰੀਕੁਲਮ ਵਿੱਚ ਕਨਵੇ ਪੀਸ ਐਜ਼ ਅ ਮੇਜਰ ਪ੍ਰਾਇਓਰਿਟੀ ਪੀਸ ਕਹਿ ਲਓ ਜਾਂ ਪੀਸ ਦੇ ਨਾਲ ਨਾਲ ਆਪਾਂ ਇੱਥੇ ਸਸਟੇਨੇਬਲ ਡਿਵੈਲਪਮੈਂਟ ਵੀ ਕਰ ਦਿੰਦੇ ਹਾਂ ਐਜ਼ ਮੇਜਰ ਪ੍ਰਾਇਓਰਿਟੀ ਕਿ ਜਿਹੜਾ ਕੋਕਰਿਕੁਲਰ ਐਕਟੀਵਿਟੀਜ਼ ਹੈ ਆਪਾਂ ਨੇ ਬੱਚਿਆਂ ਨੂੰ ਮੋਟੀਵੇਟ ਕਰਨਾ ਹੈ ਔਰ ਆਪਣੇ ਕੋਕਰਿਕੁਲਰ ਐਕਟੀਵਿਟੀਜ਼ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਐਡ ਕਰਨਾ ਹੈ ਚਾਹੇ ਉਹ ਡਿਬੇਟ ਹੈ ਸਕਿੱਟ ਹੈ ਪੋਸਟਰ ਮੇਕਿੰਗ ਕੰਪੀਟੀਸ਼ਨ ਹੈ ਤਾਂ ਕਿ ਬੱਚੇ ਜਦੋਂ ਇਹ ਚੀਜ਼ਾਂ ਦੇ ਵਿੱਚ ਪਾਰਟੀਸਿਪੇਟ ਕਰਦੇ ਹੈ ਉਹ ਫਿਰ ਜ਼ਿਆਦਾ ਵਧੀਆ ਉਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਸੈਂਸਿਟਾਈਜ਼ ਹੋ ਸਕਦੇ ਨੇ ਬੱਚਾ ਜਿਹੜਾ ਹੈ ਕੋਈ ਸਕਿੱਟ ਦੇ ਵਿੱਚ ਕੋਈ ਰੋਲ ਪਲੇ ਕਰ ਸਕਦਾ ਹੈ ਇਹ ਡਿਬੇਟਸ ਕਰ ਸਕਦੇ ਨੇ ਕਿਸੇ ਇਸ਼ੂਜ਼ ਦੇ ਨਾਲ ਰਿਲੇਟਡ ਬੱਚਾ ਪੋਸਟਰ ਬਣਾਉਂਦਾ ਹੈ ਬੱਚਾ ਉਹਨਾਂ 'ਤੇ ਪੋਇਮ ਲਿਖ ਸਕਦਾ ਹੈ ਜਦੋਂ ਬੱਚਾ ਮੈਕਸੀਮਮ ਇਹਨਾਂ ਚੀਜ਼ਾਂ ਦੇ ਵਿੱਚ ਪਾਰਟੀਸਿਪੇਟ ਕਰੇਗਾ ਤਾਂ ਫਿਰ ਬੱਚਾ ਜ਼ਿਆਦਾ ਵਧੀਆ ਇਹਨਾਂ ਚੀਜ਼ਾਂ ਨੂੰ ਸਿੱਖਦਾ ਮਤਲਬ ਆਪਾਂ ਨੇ ਜਦੋਂ ਸਬਜੈਕਟ ਨੂੰ ਇੰਟੀਗ੍ਰੇਟ ਕਰਨਾ ਹੈ ਜਾਂ ਟੋਪਿਕਸ ਨੂੰ ਇਸ਼ੂਜ਼ ਨੂੰ ਇੰਟੀਗ੍ਰੇਟ ਕਰਨਾ ਹੈ ਆਪਣੇ ਕਰੀਕੁਲਮ ਦੇ ਵਿੱਚ ਤਾਂ ਕਰੀਕੁਲਮ ਦੇ ਨਾਲ ਨਾਲ ਆਪਾਂ ਨੇ ਕੋਕਰਿਕੁਲਰ ਐਕਟੀਵਿਟੀਜ਼ ਨੂੰ ਵੀ ਇੰਕਲੂਡ ਕਰਨਾ ਹੈ ਕਿਹੜੀ ਕਿਹੜੀਆਂ ਡਿਬੇਟ ਸਕਿੱਟ ਪੋਸਟਰ ਮੇਕਿੰਗ ਪੋਇਮ ਰਾਈਟਿੰਗ ਐਟਸੈਟਰਾ ਨੈਕਸਟ ਹੈ ਅਡੀਸ਼ਨਲ ਕਰੀਕੁਲਮ ਐਕਟੀਵਿਟੀਜ਼ ਓਰੀਐਂਟਡ ਟੂਵਰਡਸ ਪੀਸ ਕਲਚਰ ਵਿਲ ਸਰਟਨਲੀ ਇੰਪਰੂਵ ਦਾ ਓਵਰਆਲ ਇਨਵਾਇਰਮੈਂਟ ਆਫ ਜਦੋਂ ਆਪਾਂ ਅਡੀਸ਼ਨਲ ਕਰੀਕੁਲਮ ਐਡ ਕਰਿਆ ਹੈ ਤਾਂ ਜਿਹੜਾ ਸਕੂਲ ਦਾ ਓਵਰਆਲ ਇਨਵਾਇਰਮੈਂਟ ਆ ਉਹ ਜ਼ਿਆਦਾ ਵਧੀਆ ਹੁੰਦਾ ਹੈ ਅੱਛਾ ਮੇਨ ਗੱਲ ਇਹ ਹੈ ਕਿ ਐਕਸਟੈਂਸ਼ਨ ਲੈਕਚਰ ਕਰਵਾਏ ਜਾ ਸਕਦੇ ਨੇ ਇਸ ਦੇ ਵਿੱਚ ਐਕਸਟੈਂਸ਼ਨ ਲੈਕਚਰ ਔਨ ਪੀਸ ਔਰ ਸਸਟੇਨੇਬਲ ਡਿਵੈਲਪਮੈਂਟ ਨਾਲ ਰਿਲੇਟਡ ਇਹਦੇ 'ਚ ਹੈ ਮੈਸੇਂਜਰ ਲਾਈਕ ਮਹਾਤਮਾ ਗਾਂਧੀ ਜਿਹੜੇ ਪੀਸ ਦੇ ਅਗਰ ਆਪਾਂ ਪੀਸ ਦੀ ਗੱਲ ਕਰੀਏ ਤਾਂ ਮਹਾਤਮਾ ਗਾਂਧੀ ਹੈ ਮਦਰ ਟੈਰੇਸਾ ਹੈ ਮਾਰਟਨ ਲੂਥਰ ਹੈ ਠੀਕ ਹੈ ਨਾ ਨੈਲਸਨ ਮੰਡੇਲਾ ਹੈ ਤਾਂ ਇਹਨਾਂ ਦੇ ਆਪਾਂ ਨੇ ਮਤਲਬ ਲੈਕਚਰ ਇਹਨਾਂ ਦੇ ਬੇਸ 'ਤੇ ਜੋ ਇਹਨਾਂ ਨੇ ਮੈਸੇਜਿਸ ਦਿੱਤੇ ਨੇ ਉਹ ਉਹਨਾਂ 'ਤੇ ਆਪਾਂ ਲੈਕਚਰ ਕਰਵਾਇਆ ਜਾ ਸਕਦਾ ਤਾਂ ਕਿ ਬੱਚਿਆਂ ਦੇ ਵਿੱਚ ਨੋਨ ਵਾਇਲੈਂਸ ਐਂਡ ਪੀਸ ਦੇ ਨਾਲ ਰਿਲੇਟਡ ਵੈਲਿਊਜ਼ ਨੂੰ ਡਿਵੈਲਪ ਕਰਿਆ ਜਾ ਸਕਦਾ ਪੋਸਟਰ ਮੇਕਿੰਗ ਐਂਡ ਸਲੋਗਨ ਰਾਈਟਿੰਗ ਕੰਪੀਟੀਸ਼ਨਸ ਕੈਨ ਰਿਫਲੈਕਟ ਵਟ ਸਟੂਡੈਂਟਸ ਹੈਵ ਇਨ ਦੇਅਰ ਮਾਈਂਡ ਜਦੋਂ ਆਪਾਂ ਉੱਪਰ ਕਿਹਾ ਹੈ ਕਿ ਕੋਕਰ ਐਕਟੀਵਿਟੀਜ਼ ਦੇ ਵਿੱਚ ਇਹਨਾਂ ਨੂੰ ਐਡ ਕਰਨਾ ਹੈ ਤਾਂ ਉਹਦੇ ਨਾਲ ਹੁੰਦਾ ਕਿਆ ਹੈ ਬੇਸਿਕਲੀ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਵਟ ਸਟੂਡੈਂਟਸ ਹੈਵ ਇਨ ਦੇਅਰ ਮਾਈਂਡ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਕਿਆ ਚੱਲ ਰਿਹਾ ਹੈ ਅਬਾਊਟ ਦਾ ਕਨਸੈਪਟ ਆਫ ਪੀਸ ਐਂਡ ਸਸਟੇਨੇਬਲ ਡਿਵੈਲਪਮੈਂਟ ਔਰ ਇਨਵਾਇਰਮੈਂਟਲ ਇਸ਼ੂਸ ਕਿ ਉਹਨਾਂ ਦੇ ਨਾਲ ਰਿਲੇਟਡ ਬੱਚਿਆਂ ਦਿਮਾਗ ਕਿਉਂਕਿ ਜੋ ਬੱਚੇ ਦੇ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਹੈ ਬੱਚਾ ਉਸੇ ਨੂੰ ਆਪਣੇ ਪੋਸਟਰ ਦੇ ਵਿੱਚ ਜਾਂ ਆਪਣੀ ਪੋਇਮ ਦੇ ਵਿੱਚ ਡਿਬੇਟ ਦੇ ਵਿੱਚ ਸਲੋਗਨ ਰਾਈਟਿੰਗ ਦੇ ਵਿੱਚ ਬੱਚਾ ਉਹੀ ਚੀਜ਼ ਲਿਖਦਾ ਹੈ ਜਾਂ ਉਹੀ ਚੀਜ਼ ਬੋਲਦਾ ਹੈ ਉਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਬੱਚੇ ਨੂੰ ਕਿੰਨੀ ਕੁ ਜਾਣਕਾਰੀ ਹੈ ਜਾਂ ਬੱਚਾ ਕਿੰਨਾ ਕੰਸਰਨਡ ਉਸ ਟੌਪਿਕ ਦੇ ਨਾਲ ਰਿਲੇਟਡ ਕਿੰਨੀ ਕੁ ਨੌਲੇਜ ਹੈ
Next है, debate can also give an outlet to pre-existing ideas of students and then debate can be generalized. देखो क्या होता है कि जब अपन ने डिबेट करवा देनी है बच्चों ने तो बच्चे जो है बच्चों के को रफ आइडिया होंगे रॉ आइडिया होंगे जो आप डिबेट कराने हैं तो फिर उस डिबेट में जो टीचर है वो जनरलाइज कर सकता है और चैनलाइज कर सकता है अलग अलग तरह के जो थीम्स हैं रिलेटेड टू सस्टेनेबल डिवेलपमेंट और पीस उन्होंने जनरलाइज करके बच्चों एक ब्रॉड कंसैप्ट जो है टीचर समझा सकता है. नैक्सट जो पॉइंट है स्किट्स कैन हैव डीप इंपैक्ट उपर अपने स्किट्स की भी गल करी सी तो जो स्किट्स हैं उन्होंने बड़ा डीप इंपैक्ट होंगे बच्चों के दिमाग से और उन्होंने बड़े ईजीली मोटिवेट कर जा सकता तो स्किट्स के नाल रिलेटेड कितना अपना जो है वो कल्चर ऑफ पीस में डिवेलप कर सकते बच्चे इन्ने पॉइंट समझ आए हैं. देखो कोई दिक्कत इन कोई डाउट है तो पूछो ਤੁਹਾਨੂੰ ਸਮਝ ਆਇਆ ਬੱਚੇ ਵਾਲੇ ਸਾਰੇ ਪੁਆਇੰਟਸ ਬਿਲਕੁਲ ਸਰ ਡਿਬੇਟ ਹਾਂ ਬੱਚੇ ਹਾਂਜੀ ਸਰ ਡਿਬੇਟ ਵਾਲਾ ਪੁਆਇੰਟ ਦੁਬਾਰਾ ਸਮਝਾ ਦਿਓ ਮੈਂ ਸਮਝਾ ਦਾਂ ਡਿਬੇਟ ਕੈਨ ਆਲਸੋ ਵਾਲਾ ਹਾਂ ਹਾਂ ਠੀਕ ਹੈ ਬੱਚੇ ਦੇਖੋ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਜਦੋਂ ਬੱਚਾ ਜਿਹੜਾ ਹੈਗਾ ਉਹ ਡਿਬੇਟ ਪਾਰਟਿਸਿਪੇਟ ਕਰਦਾ ਹੈ ਤਾਂ ਫਿਰ ਉਹ ਉਹਨਾਂ ਦੇ ਕੋਲ ਜਿਹੜਾ ਇੱਕ ਪ੍ਰੀ ਐਗਜ਼ਿਸਟਿੰਗ ਆਈਡੀਆ ਹੁੰਦਾ ਮਤਲਬ ਇੱਕ ਰਫ ਜਿਹਾ ਆਈਡੀਆ ਹੁੰਦਾ ਹੈ ਜੋ ਬੱਚਾ ਡਿਸਕਸ ਕਰਦਾ ਹੈ ਜੋ ਬੱਚਾ ਬੋਲਦਾ ਹੈ ਡਿਬੇਟ ਦੇ ਵਿੱਚ ਹੈਨਾ ਆਪਾਂ ਨੇ ਕਲਾਸਰੂਮ ਦੇ ਵਿੱਚ ਇੱਕ ਡਿਬੇਟ ਕਰਾ ਰਹੀ ਰਿਲੇਟਡ ਟੂ ਦ ਟੌਪਿਕਸ ਆਫ ਗਲੋਬਲ ਪੀਸ ਐਂਡ ਸਸਟੇਨੇਬਲ ਡਿਵੈਲਪਮੈਂਟ ਔਰ ਇਨਵਾਇਰਨਮੈਂਟਲ ਕੰਸਰਨਸ ਜਦੋਂ ਆਪਾਂ ਨੇ ਉਹਦੇ ਤੇ ਡਿਬੇਟ ਕਰਾ ਲਈ ਬੱਚੇ ਨੇ ਆਪਣੇ ਆਪਣੇ ਆਈਡੀਆਜ਼ ਦੱਸਦੇ ਬੋਲਦੇ ਉਸ ਤੋਂ ਬਾਅਦ ਟੀਚਰ ਐਂਡ ਦੇ ਵਿੱਚ ਕੀ ਕਰ ਸਕਦਾ ਹੈ ਟੀਚਰ ਐਂਡ ਦੇ ਵਿੱਚ ਉਹਨਾਂ ਸਾਰੇ ਆਈਡੀਆਜ਼ ਨੂੰ ਜੋ ਜੋ ਬੱਚਿਆਂ ਨੇ ਬੋਲਿਆ ਹੈ ਉਹਨਾਂ ਨੂੰ ਜਨਰਲਾਈਜ਼ ਕਰ ਸਕਦਾ ਹੈ ਔਰ ਉਹਨਾਂ ਨੂੰ ਪ੍ਰੋਪਰਲੀ ਜਨਰਲਾਈਜ਼ ਕਰ ਸਕਦਾ ਹੈ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਰਿਗਾਰਡਿੰਗ ਗਲੋਬਲ ਪੀਸ ਔਰ ਸਸਟੇਨੇਬਲ ਸਮਝ ਆਇਆ ਹਾਂਜੀ ਸਰ ਇਹ ਇਹ ਸੀਗਾ ਆਪਣੇ 10-12 ਪੁਆਇੰਟ ਜਿਹੜੇ ਆਪਾਂ ਨੇ ਕਰਿਆ ਵੀ ਹਾਊ ਵੀ ਕੈਨ ਇੰਟੀਗ੍ਰੇਟ ਚਾਹੇ ਗਲੋਬਲ ਪੀਸ ਆ ਜਾਵੇ ਬੱਚੇ ਚਾਹੇ ਇਨਵਾਇਰਮੈਂਟਲ ਕੰਸਰਨ ਆ ਜਾਵੇ ਕਿਉਂਕਿ ਦੋਨੇ ਚੀਜ਼ਾਂ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਹੀ ਨੇ ਠੀਕ ਹੈ ਤਾਂ ਇਹ 12 ਪੁਆਇੰਟ ਆਪਾਂ ਲਿਖ ਦਾਂਗੇ ਤੇ ਹੁਣ ਇੱਕ ਇਨਵਾਇਰਮੈਂਟਲ ਐਜੂਕੇਸ਼ਨ ਦੇ ਨਾਲ ਸਪੈਸੀਫਿਕ ਆਪਾਂ ਗੱਲ ਕਰਨ ਲੱਗੇ ਹਾਂ ਕਿ ਇਨਵਾਇਰਮੈਂਟਲ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਆਪਾਂ ਨੇ ਐਡ ਕਰਨਾ ਹੈ ਫਾਰਮਲ ਕਰੀਕੁਲਮ ਦੇ ਵਿੱਚ ਇਸ ਦੇ ਨਾਲ ਰਿਲੇਟਡ ਥੋੜਾ ਜਿਹਾ ਟੈਕਨੀਕਲ ਹੈ ਕਿ ਦ ਕੰਸਟ੍ਰੇਂਟਸ ਦੈਟ ਵੀ ਕਰਵਾ ਦੋ ਸਰ ਹਾਂ ਸਾਰੇ ਜਣੇ ਉਹਨਾਂ ਐਕਟਿਵਲੀ ਪਾਰਟਿਸਿਪੇਟ ਨਹੀਂ ਕਰ ਰਹੇ ਕੀ ਗੱਲ ਹੋ ਗਈ ਕਿੱਥੇ ਗਏ ਸਾਰੇ ਕਰਾ ਦੋ ਸਰ ਹਾਊ ਟੂ ਇੰਟੀਗ੍ਰੇਟ ਇਨਵਾਇਰਮੈਂਟਲ ਐਜੂਕੇਸ਼ਨ ਇਨਟੂ ਦਾ ਫਾਰਮਲ ਕਰੀਕੁਲਮ ਕਿਸ ਤਰ੍ਹਾਂ ਆਪਾਂ ਇਹ ਕਰਦੇ ਹਾਂ ਇਸ ਨੂੰ ਕਰਨ ਤੋਂ ਪਹਿਲਾਂ ਆਪਾਂ ਥੋੜਾ ਹਾਂਜੀ ਇਹਦਾ ਕੁਐਸਚਨ ਸਰ ਕੀ ਕੁਐਸਚਨ ਕੀ ਨਹੀਂ ਆਇਆ ਪੇਪਰ ਚ ਕੁਐਸਚਨ ਬੱਚੇ ਦਾ ਆ ਸਕਦਾ ਹਾਊ ਵੀ ਕੈਨ ਇੰਟੀਗ੍ਰੇਟ ਗਲੋਬਲ ਪੀਸ ਔਰ এনवायरमेंटਲ ਐਜੂਕੇਸ਼ਨ ਇਨ ਦਾ ਕਰੀਕੁਲਮ ਠੀਕ ਹੈ ਸਰ ਮਤਲਬ ਸਿੰਪਲ ਸਿੰਪਲ ਸਿੱਧਾ ਸਿੱਧਾ ਕੁਐਸਚਨ ਹੈ ਸਿੱਧਾ ਹੀ ਆਣਾ ਹੈ ਕੁਐਸਚਨ ਕੋ ਪੁੱਛੇ ਆਪਣੇ ਕੁਐਸਚਨ ਹੀ ਨਹੀਂ ਆਉਂਦੇ ਠੀਕ ਹੈ ਠੀਕ ਹੈ ਸਰ ਹਾਂ ਮੈਂ ਉਹ ਪੁਰਾਣੇ ਪੇਪਰ ਵੀ ਤੁਹਾਡੇ ਨਾਲ ਸ਼ੇਅਰ ਕਰ ਲੂੰਗਾ ਫਿਰ ਹੈ ਨਾ ਤੁਹਾਨੂੰ ਆਈਡੀਆ ਹੋ ਜਾਏਗਾ ਉਹਦੇ ਨਾਲ ਥੋੜ੍ਹਾ ਜਿਹਾ ਠੀਕ ਹੈ ਆਪਾਂ ਸਭ ਤੋਂ ਪਹਿਲਾਂ ਕਰਨਾ ਹੈ ਇੰਟਰੋਡਕਸ਼ਨ ਵੀ ਕਿਵੇਂ ਕਰਨਾ ਹੈ ਦਾ ਕੰਸਟ੍ਰੇਂਟ ਦੈਟ ਵਰ ਆਊਟਲਾਈਨਡ ਪ੍ਰੀਵੀਅਸਲੀ ਨੀਡ ਟੂ ਬੀ ਓਵਰਕਮ ਬਾਈ ਡਿਵੈਲਪਿੰਗ ਸਟ੍ਰੈਟਜੀਜ਼ ਫਾਰ ਕਰਿਕੁਲਮ ਡਿਵੈਲਪਮੈਂਟ ਮਤਲਬ ਜੋ ਕੰਸਟ੍ਰੇਂਟ ਪਹਿਲਾਂ ਆਪਣੇ ਕੋਲ ਹੈਗੇ ਨੇ ਕਰਿਕੁਲਮ ਦੇ ਵਿੱਚ ਆਪਾਂ ਉਹਨੂੰ ਨਵਾਂ ਸਟ੍ਰੈਟਜੀਜ਼ ਲਗਾ ਕੇ ਉਹਨਾਂ ਨੂੰ ਕਰਿਆ ਜਾ ਸਕਦਾ ਠੀਕ ਦਾ ਟੀਚਿੰਗ ਆਫ ਇਨਵਾਇਰਮੈਂਟਲ ਐਜੂਕੇਸ਼ਨ ਕੈਨ ਨਾਟ ਬੀ ਲੈਫਟ ਇਨਵਾਇਰਮੈਂਟਲ ਜਿਹੜੇ ਕੰਸਰਨਸ ਹੈ ਜਾਂ ਇਨਵਾਇਰਮੈਂਟਲ ਐਜੂਕੇਸ਼ਨ ਹੈ ਆਪਾਂ ਨੂੰ ਬਾਏ ਚਾਂਸ ਨਹੀਂ ਛੱਡ ਸਕਦੇ
ਕਿ ਆਪਣੇ ਆਪ ਹੀ ਬੱਚੇ ਸਿੱਖ ਜਾਣਗੇ, ਇਸ ਤਰ੍ਹਾਂ ਨਹੀਂ ਹੈ। ਉਸਨੂੰ ਇੰਟੀਗ੍ਰੇਟ ਕਰਨਾ ਪਏਗਾ ਆਪਾਂ ਨੂੰ ਆਪਣੇ ਕਰੀਕੁਲਮ ਦੇ ਵਿੱਚ, ਔਰ ਉਸਦੇ ਲਈ ਇਹ ਬੜੀ ਕੇਅਰਫੁਲ ਪਲੈਨਿੰਗ ਦੀ ਜ਼ਰੂਰਤ ਹੈ। ਠੀਕ ਹੈ, ਇਨਵਾਇਰਮੈਂਟਲ ਐਜੂਕੇਸ਼ਨ ਨੂੰ ਇੰਟੀਗ੍ਰੇਟ ਕਰਨ ਦੇ ਲਈ ਇਹਨਾਂ ਤਿੰਨ ਚੀਜ਼ਾਂ ਦੱਸੀਆਂ ਨੇ, ਤਿੰਨ ਫਿਲਾਸਫੀਜ਼ ਨੇ, ਇੰਪੋਜੀਸ਼ਨ, ਇਨਫਿਊਜ਼ਨ ਐਂਡ ਫਰੇਮਿੰਗ। ਆਪਾਂ ਇਹਨਾਂ ਨੂੰ ਕਰਾਂਗੇ ਡਿਟੇਲ 'ਚ। ਇੰਪੋਜੀਸ਼ਨ ਕਿਆ ਹੈ? ਦਿਸ ਵੁੱਡ ਇੰਟੀਲ ਦ ਐਡਿੰਗ ਔਨ ਟੂ ਦ ਸਟੱਡੀ ਅ ਸਬਜੈਕਟ ਕਾਲਡ ਇਨਵਾਇਰਮੈਂਟ। ਇਹ ਇੰਪੋਜੀਸ਼ਨ ਕਿਆ ਕਹਿੰਦਾ ਹੈ ਕਿ ਇੱਕ ਨਵਾਂ ਸਬਜੈਕਟ ਹੀ ਲਿਆਓ ਆਪਣੇ ਕਰੀਕੁਲਮ ਦੇ ਵਿੱਚ, ਔਰ ਅ ਸਪੈਸਿਫਿਕ ਫੋਕਸ ਵਿਦ ਇਨ ਦ ਇਨਵਾਇਰਮੈਂਟ। ਦੇਰ ਆਰ ਅ ਲੋਟ ਆਫ ਮਟੀਰੀਅਲਸ ਅਵੇਲੇਬਲ ਫਾਰ ਸਪੈਸਿਫਿਕ ਟੋਪਿਕਸ ਐਸ ਇਟ ਇਜ਼ ਮੋਸਟ ਰੈਡੀਲੀ ਅਵੇਲੇਬਲ। ਇਟ ਇਜ਼ ਵੈਰੀ ਸਿੰਪਲ ਟੂ ਇੰਟਰੋਡਿਊਸ ਇਟ ਇਨ ਟੂ ਅ ਲੈਸਨ। ਦ ਪ੍ਰੋਬਲਮ ਵਿਦ ਦਿਸ ਇਜ਼ ਦੈਟ ਅ ਲੋਟ ਆਫ ਮਟੀਰੀਅਲ ਅਡਰੈਸ ਟੋਪਿਕ ਇਨ ਆਈਸੋਲੇਸ਼ਨ ਐਂਡ ਇਜ਼ ਨੋਟ ਆਲਵੇਜ਼ ਸੂਟੇਬਲ। ਦੇਖੋ ਇਹਨੇ ਸਿੰਪਲ ਜਿਹੀ ਗੱਲ ਇਹਨੇ ਇੱਕ ਚੀਜ਼ ਕਹੀ ਹੈ ਕਿ ਆਪਾਂ ਇੱਕ ਜਿਹੜਾ ਨਵਾਂ ਸਬਜੈਕਟ ਹੈ ਉਹ ਇਨਵਾਇਰਮੈਂਟ ਦਾ ਆਪਾਂ ਆਪਣੇ ਕਰਿਕੁਲਮ ਦੇ ਵਿੱਚ ਲਿਆਇਆ ਜਾ ਸਕਦਾ ਹੈ। ਦੂਜਾ, ਇਨਕਲੂਜਨ ਇਨਵੋਲਵਸ ਦ ਇਨਕਲੂਜਨ ਆਫ ਇਨਵਾਇਰਮੈਂਟਲ ਕੰਸਰਨਸ ਇਨ ਟੂ ਦ ਐਗਜਿਸਟਿੰਗ ਕਰਿਕੁਲਮ ਐਂਡ ਕੰਟੈਂਟ। ਦੂਸਰੀ ਗੱਲ ਕਿਆ ਕਹਿੰਦੀ ਹੈ ਕਿ ਜੋ ਆਪਣਾ ਐਗਜਿਸਟਿੰਗ ਕਰਿਕੁਲਮ ਹੈ ਉਸਦੇ ਵਿੱਚ ਆਪਾਂ ਨੇ ਕੁਛ ਇਨਵਾਇਰਮੈਂਟਲ ਕੰਸਰਨਸ ਜਿਵੇਂ ਆਪਾਂ ਨੇ ਕਰਿਆ ਸੀ ਅਲੱਗ ਅਲੱਗ ਸਬਜੈਕਟਾਂ ਦੇ ਵਿੱਚ ਆਪਾਂ ਉਹਨੂੰ ਇਨਕਲੂਡ ਕਰ ਸਕਦੇ ਹਾਂ ਕੰਟੈਂਟ ਦੇ ਵਿੱਚ। ਕੰਟੈਂਟ ਐਂਡ ਸਕਿੱਲ ਆਰ ਇੰਟੀਗ੍ਰੇਟਡ ਇਨ ਸੱਚ ਅ ਵੇ ਐਸ ਨੋਟ ਟੂ ਲੂਜ਼ ਦ ਇੰਟੀਗ੍ਰਿਟੀ ਆਫ ਦ ਕੋਰਸ। ਇਸ ਤਰ੍ਹਾਂ ਆਪਾਂ ਨੇ ਇੰਟੀਗ੍ਰੇਟ ਕਰਨਾ ਹੈ ਕਿ ਜਿਹੜਾ ਪੂਰੇ ਕੋਰਸ ਦੀ ਇੰਟੀਗ੍ਰਿਟੀ ਹੈ ਉਹ ਖਤਮ ਨਾ ਹੋਵੇ, ਆਈਸੋਲੇਟਡ ਜਾਂ ਕੰਟੈਂਟ ਨਾ ਲੱਗੇ, ਜਿਹੜਾ ਕੰਟੈਂਟ ਹੈ ਉਹ ਆਲਰੇਡੀ ਐਗਜਿਸਟਿੰਗ ਕਰਿਕੁਲਮ ਦੇ ਨਾਲ ਮੈਚ ਕਰੇ। ਦ ਐਜੂਕੇਟਰ ਫੇਸਿਸ ਦ ਚੈਲੰਜ ਆਫ ਹਾਊ ਟੂ ਇਨਫਿਲਟਰੇਟ ਦ ਲਰਨਿੰਗ ਐਕਸਪੀਰੀਅੰਸਿਸ ਵਿਦ ਇਨਵਾਇਰਮੈਂਟਲ ਐਜੂਕੇਸ਼ਨ। ਮੇਨ ਗੱਲ ਇਹ ਹੈ ਵੀ ਜਿਹੜੇ ਆਪਾਂ ਨੇ ਐਡ ਕਰਨਾ ਹੈ ਉਸਨੂੰ ਐਡ ਕਰਨ ਦੇ ਲਈ ਕਿਸ ਤਰ੍ਹਾਂ ਦੇ ਲਰਨਿੰਗ ਐਕਸਪੀਰੀਅੰਸਿਸ ਹੋਣਗੇ। ਲਰਨਿੰਗ ਐਕਸਪੀਰੀਅੰਸਿਸ ਜਿਵੇਂ ਆਪਾਂ ਨੇ ਗੱਲ ਕਰੀਏ ਸਕਿੱਟ, ਡਿਬੇਟ, ਡਰਾਮਾ, ਹੈ ਨਾ, ਉਹ ਸਾਰੀ ਚੀਜ਼ ਕਿਸ ਤਰ੍ਹਾਂ ਦੇ ਆਪਾਂ ਨੇ ਬੱਚਿਆਂ ਨੂੰ ਲਰਨਿੰਗ ਐਕਸਪੀਰੀਅੰਸਿਸ ਦੇਣੀ ਹੈ ਰਿਲੇਟਡ ਟੂ ਇਨਵਾਇਰਮੈਂਟਲ ਐਜੂਕੇਸ਼ਨ। ਐਂਡ ਇਟ ਮੇ ਬੀ ਥੀਮੈਟਿਕ ਫੋਰ ਦ ਕਲਾਸ ਔਰ ਅ ਗਰੁੱਪ। ਇਨ ਮੈਨੀ ਇੰਸਟਾਂਸਿਸ ਇਟ ਇਜ਼ ਅਬਾਊਟ ਕ੍ਰੀਏਟਿੰਗ ਦ ਅਪੋਰਚੁਨਿਟੀਜ਼ ਟੂ ਇਨਕਲੂਡ ਇਨਵਾਇਰਮੈਂਟਲ ਇਸ਼ੂਜ਼ ਐਸ ਐਪਲੀਕੇਸ਼ਨ ਟੂ ਦ ਫੀਲਡ ਆਫ ਸਟੱਡੀ। ਦਿਸ ਇਜ਼ ਮੋਸਟਲੀ ਸੀਨ ਇਨ ਪ੍ਰਾਇਮਰੀ ਸਕੂਲਸ ਐਂਡ ਇਨ ਲੈਸਰ ਐਕਸਟੈਂਡ ਇਨ ਹਾਈ ਸਕੂਲਸ ਐਸ ਕਲਾਸਿਸ ਆਰ ਮੋਰ ਡਿਪਾਰਟਮੈਂਟਲਾਈਜ਼ਡ ਐਂਡ ਟਿਪੀਕਲੀ ਰਿਲੇਟਡ। Resources are available that provide teachers with activities that will incorporate environmental topics or themes into traditional disciplinary approaches. ਮਤਲਬ ਆਪਾਂ ਨੇ ਜੋ ਟ੍ਰੈਡੀਸ਼ਨਲੀ ਸਾਡੀ ਅਪਰੋਚ ਰਹੀ ਹੈ, ਟ੍ਰੈਡੀਸ਼ਨਲ ਡਿਸਿਪਲਿਨ ਜੋ ਆਪਣੇ ਰਹੇ ਨੇ, ਆਪਾਂ ਨੇ ਉਹਨਾਂ ਦੇ ਵਿੱਚ ਹੀ ਇਨਕਾਰਪੋਰੇਟ ਕਰਨਾ ਹੈ ਇਨਵਾਇਰਮੈਂਟਲ ਦੇ ਨਾਲ ਰਿਲੇਟਡ ਥੀਮਸ, ਟੋਪਿਕਸ ਔਰ ਇਸ਼ੂਜ਼। ਦਿਸ ਅਪਰੋਚ ਸੈਟਸ ਆਊਟ ਟੂ ਇੰਟੀਗ੍ਰੇਟ ਦ ਨੌਲੇਜ, ਸਕਿੱਲਸ, ਐਟੀਟਿਊਡ, ਐਕਸਪੀਰੀਅੰਸ ਐਂਡ ਕਮਿਟਮੈਂਟ ਦੈਟ ਵਿਲ ਰਿਜ਼ਲਟ ਇਨ ਇਨਫੋਰਮਡ ਡਿਸੀਜਨ, ਜਿਹਦੇ ਨਾਲ ਜਿਹੜਾ ਬੱਚਾ ਹੈ ਉਹ ਜ਼ਿਆਦਾ ਵਧੀਆ ਡਿਸੀਜਨ ਲੈ ਪਾਏਗਾ, ਰਿਸਪੋਂਸੀਬਲ ਬਿਹੇਵੀਅਰ ਉਹਦਾ ਹੋਏਗਾ ਐਂਡ ਕੰਸਟਰਕਟਿਵ ਐਕਸ਼ਨ, ਬੱਚਾ ਅੱਛਾ ਕੰਮ ਕਰੇਗਾ। ਇਟ ਕੈਨ ਬੀ ਡਨ ਇਨ ਆਲ ਸਬਜੈਕਟ, ਔਰ ਇਹ ਜਿਹੜਾ ਕੰਸਰਨਸ ਹੈ ਆਪਾਂ ਸਾਰੇ ਲਗਭਗ ਸਾਰੇ ਸਬਜੈਕਟਾਂ ਦੇ ਵਿੱਚ ਹੀ ਇੰਕਲੂਡ ਕਰ ਸਕਦੇ ਹਾਂ। ਨੈਕਸਟ ਹੈ ਫਰੇਮਿੰਗ। ਫਰੇਮਿੰਗ ਹੈ ਦਿਸ ਵੇ ਸਜੈਸਟ ਦੈਟ ਦ ਇਨਲੋਜੀਕਲ ਬਾਉਂਡਰੀਜ਼ ਆਫ ਟ੍ਰੈਡੀਸ਼ਨਲ ਡਿਸਿਪਲਿਨਸ ਬੀ ਐਲੀਮੀਨੇਟਡ ਇਨ ਲਿਊ ਆਫ ਕ੍ਰੀਏਟਿੰਗ ਅ ਫਰੇਮਵਰਕ ਆਫ ਸਟੱਡੀ ਇਨ ਵਿਚ ਸਬਜੈਕਟ ਏਰੀਆਜ਼ ਬਿਕਮ ਰਿਲੇਟਡ ਐਂਡ ਇੰਟੀਗ੍ਰੇਟਡ ਰੈਦਰ ਦੈਨ ਆਈਸੋਲੇਟਡ ਐਂਡ ਡਿਸਿਪਲਿਨ। ਨਾਰਮਲੀ ਕਿਆ ਹੈ, ਇਹ ਕਹਿੰਦਾ ਹੈ ਕਿ ਫਰੇਮ ਕਰਨਾ ਹੈ ਆਪਾਂ ਨੇ ਨਵਾਂ ਫਰੇਮਵਰਕ, ਨਵਾਂ ਕਰੀਕੁਲਮ, ਜਿਸ ਦੇ ਵਿੱਚ ਜਿਹੜੇ ਆਈਸੋਲੇਟਡ ਕੰਸੈਪਟ ਸੀਗੇ ਜਾਂ ਡਿਸਿਮਿਲਰ ਕੰਸੈਪਟ ਸੀਗੇ ਜਾਂ ਉਹ ਪ੍ਰੋਪਰਲੀ ਔਰਗਨਾਈਜ਼ਡ ਨਹੀਂ ਸੀਗੇ, ਉਹਨਾਂ ਨੂੰ ਆਪਾਂ ਨੇ ਕੋਈ ਇਲੋਜੀਕਲ ਸੀ ਉਹਨਾਂ ਨੂੰ ਆਪਾਂ ਨੇ ਹਟਾਉਣਾ ਹੈ ਔਰ ਨਵਾਂ ਜਿਹੜਾ ਫਰੇਮਵਰਕ ਹੈ ਉਹ ਕਰੀਕੁਲਮ ਦਾ ਲੈ ਕੇ ਆਉਣਾ। ਮਤਲਬ ਕਰੀਕੁਲਮ ਦੇ ਵਿੱਚ ਜਿਹੜੀ ਇੰਟੀਗ੍ਰਿਟੀ ਹੈ ਉਹ ਹੋਣੀ ਚਾਹੀਦੀ ਹੈ। ਕਰੀਕੁਲਮ ਜਿਹੜਾ ਹੈ ਉਹ ਆਈਸੋਲੇਟਡ ਨਹੀਂ ਦਿਖਣਾ ਚਾਹੀਦਾ, ਸਾਰਾ ਇੰਟੀਗ੍ਰੇਟਡ ਦਿਖਣਾ ਚਾਹੀਦਾ ਹੈ।
ਇੰਟੀਗ੍ਰੇਸ਼ਨ ਦੇ ਵਿੱਚ ਬੱਚੇ ਇੱਕ ਗੱਲ ਧਿਆਨ ਰੱਖਣ ਵਾਲੀ ਹੁੰਦੀ ਹੈ ਕਿ ਇੱਕ ਸਬਜੈਕਟ ਦੂਸਰੇ ਸਬਜੈਕਟ ਨਾਲ ਰਿਲੇਟਡ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਣਾ ਚਾਹੀਦਾ। ਦੂਜਾ ਮੰਨ ਲਓ ਜੋ ਆਪਾਂ ਨੇ 6ਵੀਂ ਕਲਾਸ 'ਚ ਪੜ੍ਹਿਆ ਹੈ ਔਰ ਉਹ 7ਵੀਂ ਕਲਾਸ ਨਾਲ ਰਿਲੇਟਡ ਹੋਣਾ ਚਾਹੀਦਾ। 7ਵੀਂ ਕਲਾਸ ਜੋ ਆਪਾਂ ਪੜ੍ਹ ਰਹੇ ਹਾਂ ਉਹ ਐਕਸਟੈਂਸ਼ਨ ਹੋਣੀ ਚਾਹੀਦੀ ਹੈ, ਮਤਲਬ ਐਡ ਕਰਨਾ ਹੈ ਜੋ ਬੱਚੇ ਨੇ 6ਵੀਂ ਕਲਾਸ 'ਚ ਪੜ੍ਹਿਆ ਹੈ। ਠੀਕ ਹੈ, 6ਵੀਂ ਕਲਾਸ ਜਦੋਂ ਆਪਾਂ ਕੋਈ ਕਨਸੈਪਟ ਪੜ੍ਹਦੇ ਹਾਂ ਤਾਂ ਛੋਟਾ ਪੜ੍ਹਦੇ ਹਾਂ, ਮਤਲਬ ਘੱਟ ਪੜ੍ਹਦੇ ਆ ਉਹਦੇ ਬਾਰੇ, ਜ਼ਿਆਦਾ ਗਹਿਰਾਈ 'ਚ ਨਹੀਂ ਜਾਂਦੇ। ਲੇਕਿਨ ਜਦੋਂ ਬੱਚਾ 7ਵੀਂ 8ਵੀਂ 9ਵੀਂ 10ਵੀਂ 'ਚ ਹੁੰਦਾ ਹੈ ਤਾਂ ਬੱਚਾ ਉਸੇ ਕਨਸੈਪਟ ਨੂੰ ਜੋ ਉਸਨੇ 6ਵੀਂ 7ਵੀਂ 'ਚ ਪੜ੍ਹਿਆ ਹੈ ਉਹਨਾਂ ਦੀ ਗਹਿਰਾਈ 'ਚ ਪੜ੍ਹਦਾ ਹੈ, ਹੋਰ ਡੂੰਘਾ ਉਹਦੇ 'ਚ ਜਾਂਦਾ ਹੈ, ਹੋਰ ਡਿਟੇਲ 'ਚ ਉਸਦੇ ਬਾਰੇ ਪੜ੍ਹਦੇ ਨੇ। ਇਸ ਤਰ੍ਹਾਂ ਦਾ ਜਿਹੜਾ ਇੰਟੀਗ੍ਰੇਸ਼ਨ ਹੈ ਉਹ ਉਹਦੇ 'ਚ ਹੋਣੀ ਚਾਹੀਦੀ ਹੈ। ਬੱਚੇ ਦੇਖੋ ਸਮਝ ਆਇਆ ਇਹ ਤਿੰਨੋਂ ਚੀਜ਼ਾਂ? ਸਰ ਅਸੀਂ ਇਨਫਿਊਜ਼ਨ ਦੇ ਵਿੱਚ ਵੀ ਐਡ ਕਰ ਰਹੇ ਹਾਂ ਟੌਪਿਕਸ ਤੇ ਫਰੇਮਿੰਗ ਦੇ ਵਿੱਚ ਵੀ, ਤਾਂ ਫਿਰ ਉਹੀ ਚੀਜ਼ ਹੋ ਗਈ ਨਾ ਕਿ ਆਪਾਂ ਜਿਹੜੇ ਆਈਸੋਲੇਟਿਡ ਕਨਸੈਪਟਸ ਆ ਉਹਨੂੰ ਰਿਮੂਵ ਕਰ ਰਹੇ ਹਾਂ ਤੇ ਨਵਾਂ ਐਡ ਕਰ ਰਹੇ ਹਾਂ। ਦੇਖੋ ਲੇਕਿਨ ਕੰਟੈਕਸਟ ਅਲੱਗ ਹੈ, ਜਿਹੜਾ ਇੰਪੋਜੀਸ਼ਨ ਹੈ ਉਹਦੇ ਵਿੱਚ ਆਪਾਂ ਨੇ ਨਵਾਂ ਸਬਜੈਕਟ ਐਡ ਕਰਤਾ, ਠੀਕ ਹੈ। ਇਨਫਿਊਜ਼ਨ ਦੇ ਵਿੱਚ ਆਪਾਂ ਨੇ ਕੀ ਕਰਿਆ ਹੈ, ਕੰਟੈਂਟ ਜਾਂ ਟੌਪਿਕ ਜਿਹੜੇ ਹੈ ਆਪਾਂ ਨੇ ਐਗਜ਼ਿਸਟਿੰਗ ਦੇ ਵਿੱਚ ਐਡ ਕਰਤੇ। ਥਰਡ ਦੇ ਵਿੱਚ ਜਿਹੜਾ ਫਰੇਮਿੰਗ ਹੈ ਉਹ ਓਵਰਆਲ ਕਰੀਕੁਲਮ ਨੂੰ ਹੀ ਆਪਾਂ ਫਰੇਮਵਰਕ ਜਿਹੜਾ ਹੈ ਉਹ ਚੇਂਜ ਕਰਨਾ। ਸਮਝ ਆ ਰਹੀ ਬੱਚੇ? ਇਹ ਬ੍ਰੋਡਰ ਕਨਸੈਪਟ ਹੈ, ਉਹਦੇ ਵਿੱਚ ਆਪਾਂ ਨੇ ਦੇਖਣਾ ਕਿ ਪੂਰੇ ਕਰੀਕੁਲਮ ਦੇ ਵਿੱਚ ਜਿਹੜੇ ਆਈਸੋਲੇਟਿਡ ਕਨਸੈਪਟ ਸੀ ਉਹਨਾਂ ਨੂੰ ਹਟਾ ਦੇਣਾ ਔਰ ਨਵੇਂ ਕਨਸੈਪਟਸ ਨੂੰ ਆਪਾਂ ਨੇ ਲਿਆਣਾ ਹੈ ਤਾਂ ਕਿ ਜਿਹੜਾ ਕਰੀਕੁਲਮ ਹੈ ਉਹ ਇੰਟੀਗ੍ਰੇਟਿਡ ਬਣ ਸਕੇ। ਪਤਾ ਲੱਗਿਆ? ਮੈਂ ਦੁਬਾਰਾ ਦੱਸਦਾ, ਹਾਂਜੀ ਸਰ, ਹੈ ਨਾ, ਇੰਪੋਜੀਸ਼ਨ ਦੇ ਵਿੱਚ ਹਾਂਜੀ ਆਪਾਂ ਨੇ ਸਰ ਕਿਆ ਕਰਿਆ, ਇੱਕ ਸਬਜੈਕਟ ਨਵਾਂ ਹੀ ਲਿਆ ਹੈ। ਇਨਫਿਊਜ਼ਨ ਦੇ ਵਿੱਚ ਆਪਾਂ ਨੇ ਕਿਆ ਕਰਿਆ, ਜੋ ਐਗਜ਼ਿਸਟਿੰਗ ਸਬਜੈਕਟ ਸੀਗੇ ਉਹਦੇ ਵਿੱਚ ਸਿਰਫ ਆਪਾਂ ਨੇ ਆਪਣਾ ਇਨਵਾਇਰਮੈਂਟਲ ਇਸ਼ੂਜ਼ ਦੇ ਨਾਲ ਰਿਲੇਟਡ ਕੁਝ ਟੌਪਿਕਸ ਐਡ ਕਰਤੇ ਉਹਦੇ ਵਿੱਚ ਸਿਰਫ, ਠੀਕ ਹੈ। ਫਰੇਮਿੰਗ ਦੇ ਵਿੱਚ ਕਿਆ ਸੀਗਾ ਕਿ ਪੂਰੇ ਦਾ ਪੂਰਾ ਕਰੀਕੁਲਮ ਨੂੰ ਹੀ ਆਪਾਂ ਨੇ ਦੁਬਾਰਾ ਦੇਖਿਆ, ਦੁਬਾਰਾ ਆਰਗੇਨਾਈਜ਼ ਕਰਿਆ, ਮਤਲਬ ਉਹਦੀ ਇੰਟੀਗ੍ਰਿਟੀ ਦੇਖੀ ਹੈ ਆਪਾਂ ਨੇ, ਫਰੇਮਵਰਕ ਹੀ ਦੁਬਾਰਾ ਬਣਾਤਾ। ਉਹਦੇ ਵਿੱਚ ਕਿਆ ਹੋਇਆ, ਜਦੋਂ ਫਰੇਮਵਰਕ ਬਣਾਇਆ ਤਾਂ ਕਿ ਜਿਹੜਾ ਜਿਹੜੀ ਆਰਗੇਨਾਈਜੇਸ਼ਨ ਹੈ ਕਰੀਕੁਲਮ ਦੀ ਉਹ ਲੌਜੀਕਲ ਹੋਵੇ, ਇਰਰੈਲੀਵੈਂਟ ਟੌਪਿਕਸ ਨੂੰ ਹਟਾ ਦੇਣਾ ਹੈ, ਭਾਵੇਂ ਉਹ ਇਨਵਾਇਰਮੈਂਟ ਨਾਲ ਰਿਲੇਟਡ ਹੈ ਭਾਵੇਂ ਉਹ ਨਹੀਂ ਹੈ, ਠੀਕ ਹੈ। ਆਈਸੋਲੇਟਡ ਕਨਸੈਪਟਸ ਉਹਨਾਂ ਨੂੰ ਹਟਾਉਣਾ ਹੈ ਤਾਂ ਕਿ ਜਿਹੜਾ ਟੌਪਿਕਸ ਹੈ ਜਿਹੜੇ ਆਪਾਂ ਨੇ ਚੈਪਟਰਸ ਉਹਨਾਂ 'ਚ ਪਾਏ ਨੇ ਉਹ ਸਾਰੇ ਸਿਮਿਲਰ ਹੋਣ। ਸਿਮਿਲਰ ਦਾ ਮਤਲਬ ਕਿਆ ਹੈ, ਇੱਕ ਦੂਸਰੇ ਨਾਲ ਰਿਲੇਟਡ ਹੋਣ। ਇੱਥੇ ਓਵਰਆਲ ਇੰਟੀਗ੍ਰਿਟੀ ਦੀ ਗੱਲ ਕਰੀਏ ਆਪਾਂ ਨੇ ਫਰੇਮਿੰਗ ਦੇ ਵਿੱਚ ਕਰੀਕੁਲਮ ਦੀ, ਠੀਕ ਹੈ। ਚਰਨਪ੍ਰੀਤ ਬੱਚੇ ਠੀਕ ਹੈ? ਹਾਂਜੀ ਸਰ, ਹਾਂਜੀ, ਗੁੱਡ ਗੁੱਡ। ਚਲੋ ਅੱਜ ਆਪਾਂ ਇੰਨਾ ਹੀ ਕਰਾਂਗੇ। ਇਸ ਤੋਂ ਬਾਅਦ ਇੱਕ ਐਗਜ਼ਾਮਪਲ ਹੈ, ਉਹ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਹੈ। ਉਹ ਕੁਝ ਡਾਇਗ੍ਰਾਮ ਜੇ ਇਹ ਕਰਕੇ ਆਪਾਂ ਫੇਰ ਕਰਾਂਗੇ ਇਹਨਾਂ ਨੂੰ ਅਗਲੇ, ਠੀਕ ਹੈ। ਦੇਖ ਰਹੇ ਹਾਂ ਬੱਚੇ ਡਾਇਗ੍ਰਾਮ ਇਹ? ਹਾਂਜੀ ਸਰ। ਅਗਰ ਕੁਐਸਚਨ ਆ ਗਿਆ ਕਿ ਹਾਂਜੀ ਸਰ, ਹਾਂ, ਅਗਰ ਕੁਐਸਚਨ ਇਹ ਆ ਜਾਂਦਾ ਹੈ ਕਿ ਤੁਸੀਂ ਵਿਦ ਐਗਜ਼ਾਮਪਲ ਸਮਝਾਓ ਵੀ ਹਾਊ ਯੂ ਵਿਲ ਇੰਟੀਗ੍ਰੇਟ ਇਨਵਾਇਰਮੈਂਟਲ ਕੰਸਰਨ ਇਨ ਕਰੀਕੁਲਮ, ਠੀਕ ਹੈ। ਅਗਰ ਉਹ ਕਹਿੰਦਾ ਐਗਜ਼ਾਮਪਲ ਦੇ ਥਰੂ ਸਮਝਾਓ, ਤਾਂ ਇੱਕ ਐਗਜ਼ਾਮਪਲ ਆਪਾਂ ਨੇ ਲਈ ਹੈ, ਇਹ ਆਪਾਂ ਅਗਲੀ ਵਾਰ ਕਰਾਂਗੇ, ਇਸ ਨੂੰ ਡਿਟੇਲਸ ਕਰਨਾ ਪਏਗਾ ਐਗਜ਼ਾਮਪਲ, ਠੀਕ ਹੈ ਬੱਚੇ।